एक ना प्रिसेप्शन बन गई है अमान जी सिंगर्स नो लेके कि ये जो इन्हां दे विच एनर्जी जड़ी आती है क्योंकि आजकल लाइव का जड़ा है लाइव कॉन्सर्ट्स का बहुत ज्यादा ट्रेंड बद चुके हैं ठीक है साडे पंजाबी सिंगर इत्थे घट ते बाहरले मुल्कां च अजकल ज्यादा दिखते हैं लेकिन एक प्रिसेप्शन नैगेटिविटी जड़ी फैला रही है वो ये है कि इन्ने चिर लाइव करना ये आम गल नहीं है ये नशे करके जड़े ने सिंगर्स करते हैं और जिन्हां दे विच ऑडियंस ज्यादा होंगी है ज्यादा तादाद दे विच होंगी है वह भी नशेड़ी होंगी है इहदे लई तुहाडी की प्रिसेप्शन है ਇਹ ਤਾਂ ਵਿਹਲੇ ਲੋਕ ਆ ਦੇਖੋ ਸਵੇਰੇ ਆਦਮੀ ਉੱਠਦਾ ਪੰਜਾਬੀ ਸਾਡੇ ਪੰਜਾਬ 'ਚ ਸਾਡੇ ਕਈ ਬੰਦੇ ਤਾਂ ਇਹੋ ਜਿਹੇ ਵੀ ਉਹ ਮੂੰਹ ਵੀ ਨਹੀਂ ਧੋਂਦੇ ਉਹਨਾਂ ਦਾ ਮੂੰਹ ਨੈਗੇਟਿਵਿਟੀ ਨਾਲ ਭਰਿਆ ਹੁੰਦਾ ਕਿ ਉਹ ਫਿਰ ਬਰੂਦ ਹੀ ਸਿੱਟਦੇ ਆ ਉਹ 100 ਸਵਾਲ ਕਰਦੇ ਹਰ ਬੰਦੇ ਨੂੰ ਕੌਣ ਹੈ ਕਿਸੇ ਨੂੰ ਸਵਾਲ ਕਰਨ ਵਾਲਾ ਚਲੋ ਮੰਨ ਲਓ ਕਿ ਬੰਦਾ ਕੋਈ ਨਸ਼ਾ ਕਰਕੇ ਗਾ ਰਿਹਾ ਕਿਸੇ ਨੇ ਕੀ ਲੈਣਾ ਬਈ ਐਂਟਰਟੇਨਰ ਦਾ ਕੰਮ ਐਂਟਰਟੇਨ ਕਰਨਾ ਔਰ ਮੋਰ ਓਵਰ ਕਿਸੇ ਬੇਵਕੂਫ ਆਦਮੀ ਨੂੰ ਪੁੱਛੇ ਇੱਕ ਬੰਦੇ ਨੂੰ ਤੁਸੀਂ ਵੈਸੇ ਹੀ ਤਜਰਬਾ ਕਰ ਲਓ ਚੱਕਰ ਜਗ੍ਹਾ ਨੂੰ ਪੈਣਾ ਲੋਕਾਂ ਨੇ ਕੀ ਕਹਿਣਾ ਜਾਂ ਕਿਸੇ ਨੇ ਕੀ ਕਹਿਣਾ ਤੁਸੀਂ ਕਿਸੇ ਨੂੰ ਸ਼ਰਾਬ ਪਿਲਾ ਦਿਓ ਇੱਕ ਬੋਤਲ ਉਹ ਤੋਂ ਬਾਅਦ ਉਹਨੂੰ ਮਜੀਸ਼ੀਅਨ ਦੇ ਦਿਓ ਉੱਥੇ ਤੁਸੀਂ ਲਾਈਵ ਕੈਮਰੇ ਲਾ ਲਓ ਫਿਰ ਦੇਖੋ ਤੁਸੀਂ ਉਹਦਾ ਗਲ ਕਿੰਨੀ ਦੇਰ ਚੱਲਦਾ ਇਹ ਹੋ ਸਕਦਾ ਕਦੇ ਵੀ 4 ਘੰਟੇ ਨਸ਼ਾ ਕਰਕੇ ਕੋਈ ਪਰਫੋਰਮ ਦੇਖੋ ਜਿਹੜਾ ਨਸ਼ਾ ਕਿਸੇ ਡਾਕਟਰ ਨੂੰ ਪੁੱਛ ਲਓ ਜਾਂ ਕਿਸੇ ਅਮਲੀ ਨੂੰ ਪੁੱਛ ਲਓ ਨਸ਼ਾ ਹਮੇਸ਼ਾ ਗਲ ਸੁਕਾਉਂਦਾ ਅਫੀਮ ਜਿਹੜੇ ਖਾਂਦੇ ਆ ਉਹਨਾਂ ਦਾ ਗਲ ਸੁੱਕਦਾ ਰਹਿੰਦਾ ਉਹ ਪਾਣੀ ਅਤੇ ਚਾਹ ਨੂੰ ਭੱਜਦੇ ਰਹਿੰਦੇ ਸਲਾਈਬਾ ਸੁੱਕਦਾ ਸ਼ਰਾਬ ਆ ਜਿਹੜੀ ਤੁਸੀਂ ਕਿਸੇ ਸ਼ਰਾਬੀ ਨੂੰ ਤੋੜ ਲੱਗੇ ਨੂੰ ਦੇਖੋ ਜਦੋਂ ਉਹ ਜ਼ਿਆਦਾ ਪੀ ਲੈਂਦਾ ਹੈ ਤਾਂ ਉਹਦਾ ਮੂੰਹ ਸੁੱਕਦਾ ਉਹ ਪਾਣੀ ਪੀਂਦਾ ਕਿਉਂਕਿ ਆਪਾਂ ਪਿੰਡ ਵਾਲਿਆਂ ਸਾਡੇ ਟੱਬਰਾਂ 'ਚ ਸ਼ਰਾਬ ਬਹੁਤ ਅਸੀਂ ਦੇਖਿਆ ਸ਼ਰਾਬੀਆਂ ਦੀ ਹਾਲਤ ਕੀ ਹੁੰਦੀ ਹੈ ਜਾਂ ਕੋਈ ਵੀ ਨਸ਼ਾ ਕਰ ਲਓ ਜਾਂ ਜਿਹੜੇ ਪਿੰਡਾਂ 'ਚ ਸਾਡੇ ਨਾਲ ਸਾਂਝੀ ਹੁੰਦੇ ਸੀ ਕੰਮ ਕਰਦੇ ਸੀ ਉਹ ਭੁੱਕੀ ਦਾ ਕਾਟ ਮਾਰ ਲੈਂਦੇ ਸੀ ਉਹ ਵੀ ਬਹੁਤ ਪਾਣੀ ਪੀਂਦੇ ਸੀ ਪਰ ਜਦੋਂ ਤੁਸੀਂ ਗਾਉਂਦੇ ਗਾਉਂਦੇ ਪਾਣੀ ਪੀ ਲਓਗੇ ਫਿਰ ਗਲਾ ਵੈਸੇ ਬੈਠ ਜਾਂਦਾ ਸੋ ਕਿਹੜਾ ਸਿੰਗਰ ਹੈ ਜਿਹੜਾ ਕਰਦਾ ਉਹ ਤਾਂ ਮੈਨੂੰ ਪਤਾ ਨਹੀਂ ਬਟ ਮੈਨੂੰ ਲੱਗਦਾ ਨਹੀਂ ਇਦਾਂ ਹੋ ਸਕਦਾ ਹੈ ਪੋਸੀਬਲ ਹੈ ਨਹੀਂ ਪਰ ਇੱਕ ਗੱਲ ਵਾਕਿਆ ਜਿਹੜੀ ਹੈ ਨਾ ਉਹ ਬਹੁਤ ਹੀ 80 ਦੇ ਦਹਾਕਾ ਸੀ ਇੱਕ ਤੁਹਾਨੂੰ ਮੈਂ ਦੱਸਦਾ ਕਈ ਚੀਜ਼ਾਂ ਦੀ ਧਾਰਨਾ ਪੜ੍ਹਨੀ ਪਊਗੀ ਤੁਹਾਨੂੰ ਉਹਨਾਂ ਦੇ ਪਿੱਛੇ ਜਾਣਾ ਪਊਗਾ 70 ਤੋਂ 90 ਤੱਕ ਦੇ ਇੱਕ ਦਸ਼ਕ ਸੀ ਜਿਹੜੇ ਉਦੋਂ ਸਿੰਗਰ ਅਤੇ ਲੇਖਕ ਹੁੰਦੇ ਸੀ ਨਾ ਉਹ ਗਾਲਿਬ ਟ੍ਰੈਪ ਫੀਲਿੰਗ ਬਹੁਤ ਲੈਂਦੇ ਸੀ ਮਿਰਜ਼ਾ ਗਾਲਿਬ ਸ਼ਰਾਬੀ ਸੀ ਉਹਨਾਂ ਨੂੰ ਲੱਗਦਾ ਸੀ ਸ਼ਾਇਦ ਸ਼ਰਾਬ ਪੀ ਕੇ ਵੱਡਾ ਸ਼ਹਿਰ ਬਣਿਆ ਜਾ ਸਕਦਾ ਮੋਢੇ 'ਚ ਇੱਕ ਝੋਲਾ ਦੋ ਕੁ ਕਲਮਾਂ ਅਤੇ ਵਿੱਚ ਇੱਕ ਛੋਟਾ ਜਿਹਾ ਅੰਗਰੇਜ਼ੀ ਟਾਈਪ ਜਿਹੜਾ ਸਟੀਲ ਦਾ ਉਹ ਸ਼ਰਾਬ ਦਾ ਕੋਈ ਸ਼ੋਟ ਜਿਹਾ ਉਹ ਫੀਲਿੰਗ ਟਾਈਪ ਜੀ ਕਿ ਉਹ ਇੱਕ ਦੌਰ ਸੀ ਮੈਨੂੰ ਲੱਗਦਾ ਅੱਜ ਦੇ ਮੁੰਡੇ ਤਾਂ ਹੈ ਨਹੀਂ ਕਿਉਂਕਿ ਮੈਂ ਜਦੋਂ ਸ਼ੁਰੂ ਕਰਿਆ ਜਿਮ ਦਾ ਚੱਲਣ ਪਾਇਆ ਮੇਰੀ ਆਦਤ ਪਾਈ ਮੇਰੇ ਤੋਂ ਪਹਿਲਾਂ ਸ਼ਾਇਦ ਸਿੰਗਰ ਨਹੀਂ ਕਰਦੇ ਸੀ ਜਿਮ ਅਤੇ ਮੇਰੇ ਤੋਂ ਪਹਿਲਾਂ ਕੱਪੜੇ ਚਾਦਰਾਂ ਲਾ ਕੇ ਪਾਉਂਦੇ ਸੀ ਮੈਂ ਪਾਟੀ ਹੋਈ ਜੀਨ ਨਾਲ ਸ਼ੁਰੂ ਕਰਿਆ ਆਪਦੇ ਆਪਦੇ ਸ਼ੌਕ ਆ ਬਾਕੀ ਨਸ਼ਾ ਕਰਕੇ ਨਹੀਂ ਗਾਇਆ ਜਾ ਸਕਦਾ ਅੱਛਾ ਜਦੋਂ ਨਾਮ ਤੁਹਾਡਾ ਆਉਂਦਾ ਨਾ ਤਾਂ ਇੱਦਾਂ ਕਿਹਾ ਜਾਂਦਾ ਕਿ ਨਾ ਯਾਰ ਇਹ ਤਾਂ ਨਾ ਪੰਜਾਬੀ ਇੰਡਸਟਰੀ ਦੇ ਸਲਮਾਨ ਖਾਨ ਨੇ ਕਿਉਂਕਿ ਦੋਨਾਂ ਪਰਸਨੈਲਿਟੀਜ਼ ਦੇ ਨਾਲ ਨਾ ਮੂਡੀ ਵਰਡ ਐਡ ਹੋ ਜਾਂਦਾ ਜਦੋਂ ਵੀ ਤੁਹਾਡੀ ਗੱਲ ਹੁੰਦੀ ਹੈ ਨਾ ਕਹਿੰਦੇ ਇਹ ਕਿਉਂ ਨਹੀਂ ਤੁਸੀਂ ਕਹਿੰਦੇ ਵੀ ਉਹ ਬੱਬੂ ਮਾਨ ਬੰਬੇ ਦਾ ਕਿਹਾ ਜਾ ਸਕਦਾ ਨਹੀਂ ਨਹੀਂ ਉਹ ਦੇਖੋ ਜਿਹੜੀ ਇੰਡਸਟਰੀ ਹੈ ਉਹ ਬਾਲੀਵੁੱਡ ਸਭ ਤੋਂ ਥੋੜ੍ਹੀ ਜਿਹੀ ਵੱਡੀ ਹੈ ਬਿਜ਼ਨਸ 'ਚ ਅਸੀਂ ਮਾਰ ਖਾ ਗਏ ਪਾਇਰੇਸੀ 'ਚ ਸਾਡੀ ਮਿਊਜ਼ਿਕ ਇੰਡਸਟਰੀ ਬਹੁਤ ਵੱਡੀ ਸੀ ਬਟ ਦੇਖੋ ਹਰ ਚੀਜ਼ ਪੈਸੇ ਨਾਲ ਅਵੇਲੇਬਲ ਹੈ ਤੁਸੀਂ ਐਮਾਜ਼ੋਨ ਤੇ ਜਾਂਦੇ ਹੋ ਜਾਂ ਕਿਸੇ ਵੀ ਸਾਈਟ ਤੋਂ ਖਰੀਦਦੇ ਹੋ ਪੈਸੇ ਦਿੰਦੇ ਹੋ ਪਰ ਇੱਕ ਗਾਣਾ ਐਸੀ ਚੀਜ਼ ਹੈ ਜਿਹੜਾ ਫ੍ਰੀ ਮਿਲ ਜਾਂਦਾ ਤੁਹਾਨੂੰ ਇਹਦੇ ਦੋ ਨੁਕਸਾਨ ਬਾਲੀਵੁੱਡ ਨੇ ਵੀ ਕਰੇ ਹੋਏ ਆ ਹਰ ਫਿਲਮ 'ਚ 5 ਗਾਣੇ ਨਹੀਂ ਹੋਣੇ ਚਾਹੀਦੇ ਫਿਲਮਾਂ 'ਚ ਗਾਣੇ ਹੋਣੇ ਨਹੀਂ ਚਾਹੀਦੇ ਜਿੱਦਾਂ ਇਹ ਇੱਦਾਂ ਹੀ ਵਿਦੇਸ਼ 'ਚ ਵੀ ਇੱਦਾਂ ਹੀ ਸੀ ਪਹਿਲਾਂ ਉਹਨਾਂ ਦੀਆਂ ਫਿਲਮਾਂ 'ਚ ਗਾਣੇ ਆਉਂਦੇ ਸੀ ਫਿਰ ਉਹਨਾਂ ਨੇ ਬੈਠ ਕੇ ਸੋਚਿਆ ਕਿ ਹਰ ਫਿਲਮ 'ਚ 5 ਗਾਣੇ ਇਸ ਤਰ੍ਹਾਂ ਤਾਂ ਮਿਊਜ਼ਿਕ ਮਰ ਜੂਗਾ ਤਾਂ ਬਹੁਤ ਜ਼ਿਆਦਾ ਹੋ ਜੂਗਾ ਉਹਨਾਂ ਨੇ ਫਿਲਮੀ ਗਾਣੇ ਕੱਢਤੇ ਉਹਨਾਂ ਨੇ ਗਾਣਾ ਅਲੱਗ ਹੋਊਗਾ ਫਿਲਮ ਅਲੱਗ ਹੋਊਗੀ ਇੱਕ ਤਾਂ ਟਰੈਕ ਆ ਜਾਵੇ ਜਿਹਾ ਤੋ ਇਸ ਸਾਡੇ ਜਿਹੜਾ ਨਾ ਮਿਊਜ਼ਿਕ ਪੈਸੇ ਪੱਖੋਂ ਮਾਰਕ ਆ ਗਿਆ ਪੈਸੇ ਪੱਖੋਂ ਇੰਡਸਟਰੀ ਉੱਪਰ ਚੜ ਗਈ ਹੁਣ ਉਹ 100 ਕਰੋੜ 'ਤੇ ਚਲੇਗੀ ਸਾਡਾ ਮਿਊਜ਼ਿਕ ਅਜੇ ਪਹੁੰਚਿਆ ਨਹੀਂ ਜੇ ਪਾਇਰੇਸੀ ਬੰਦ ਹੋ ਜਾਵੇ ਤਾਂ ਲੈ ਜਾਵਾਂਗੇ ਇੱਥੇ